ਤਾਂ ਦੱਸਦੇ ਕਿ ਮੈਡੀਕਲ ਸਟੋਰ 'ਚ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਈ ਲੋਕਾਂ ਦੇ ਵੱਲੋਂ ਅੰਦਰ ਵੜ ਕੇ ਹੰਗਾਮਾ ਕੀਤਾ ਗਿਆ ਹੈ ਅਤੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਮਾਮਲਾ ਅਜਨਾਲਾ ਦੇ ਬੱਸ ਸਟੈਂਡ ਦਾ ਹੈ, ਜਿੱਥੇ ਮੈਡੀਕਲ ਸਟੋਰ ਦੇ ਬਾਹਰ ਇੱਕ ਵਿਅਕਤੀ ਹੰਗਾਮਾ ਕਰਦੇ ਹੋਏ ਡਾਕਟਰ 'ਤੇ ਗੰਭੀਰ ਦੋਸ਼ ਲਗਾ ਰਿਹਾ, ਜਿਸ ਦੇ ਵਿੱਚ ਉਸਨੇ ਕਿਹਾ ਕਿ ਡਾਕਟਰ ਦੇ ਵੱਲੋਂ ਉਸਦੀ ਪਤਨੀ ਨੂੰ ਆਪਣੇ ਘਰ ਦੇ ਵਿੱਚ ਲੁਕੋਇਆ ਹੋਇਆ। ਤਾਂ ਘਟਨਾ ਤੋਂ ਬਾਅਦ ਡਾਕਟਰ ਅਤੇ ਉਸਦਾ ਪਰਿਵਾਰ ਵੀ ਕੈਮਰੇ ਅੱਗੇ ਆਇਆ, ਤਾਂ ਉਹਨਾਂ ਦੇ ਵੱਲੋਂ CCTV ਵਿਖਾਈ ਗਈ ਹੈ, ਜਿਸ ਦੇ ਵਿੱਚ ਉਹ ਸ਼ਖਸ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਗੁੰਡਾਗਰਦੀ ਕਰਦਾ ਨਜ਼ਰ ਆ ਰਿਹਾ। ਤਾਂ ਇਸ ਸੰਬੰਧੀ ਗੱਲਬਾਤ ਕਰਦਿਆਂ ਡਾਕਟਰ ਰਾਜੀਵ ਸ਼ਰਮਾ ਨੇ ਕਿਹਾ ਕਿ ਰਕੇਸ਼ ਸ਼ੇਰਾ ਦੇ ਵੱਲੋਂ ਜਾਣ ਬੁੱਝ ਕੇ ਸਾਜਿਸ਼ ਤਹਿਤ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਝੂਠੇ ਇਲਜ਼ਾਮ ਲਗਾਏ ਗਏ ਨੇ, ਜਦਕਿ ਉਸਦਾ ਉਸਦੀ ਪਤਨੀ ਦੇ ਨਾਲ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ, ਜਿਸ ਦੀਆਂ ਉਹ ਤਰੀਕਾਂ ਭੁਗਤ ਰਿਹਾ। ਤਾਂ ਉਸਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਵੱਲੋਂ ਥਾਣੇ ਵਿੱਚ ਵੀ ਲਿਖਤੀ ਸ਼ਿਕਾਇਤ ਲਗਾਈ ਗਈ ਹੈ ਕਿ ਉਸ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਅਤੇ ਹੁਣ ਗੁੰਡਾਗਰਦੀ ਕੀਤੀ ਗਈ ਹੈ। ਤਾਂ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ੇਰਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਾਂ ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਡਾਕਟਰ ਰਾਜੀਵ ਸ਼ਰਮਾ ਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ, ਤਾਂ ਇਸ ਸੰਬੰਧ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਭਾਜੀ ਮੇਰਾ ਨਾਮ ਰਾਜੀਵ ਸ਼ਰਮਾ ਹੈ, ਮੈਂ ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਿਕ, ਜੇ ਬੱਸ ਸਟੈਂਡ ਲਾਗੇ ਮੇਰੀ ਦੁਕਾਨ ਹੈ। ਅਤੇ ਅੱਜ ਤੋਂ ਕੁਛ ਦਿਨ ਪਹਿਲਾਂ ਇੱਕ ਸ਼ਖਸ ਰਕੇਸ਼ ਕੁਮਾਰ ਸ਼ੇਰਾ ਸਨ ਆਫ ਗੁਲਸ਼ਨ ਕੁਮਾਰ ਮੇਰੀ ਦੁਕਾਨ ਦੇ ਬਾਹਰ ਆ ਕੇ 5-7 ਜਾਣਿਆਂ ਦੇ ਨਾਲ ਇਹਨੇ ਬਹੁਤ ਹੰਗਾਮਾ ਕੀਤਾ, ਮੇਰੇ 'ਤੇ ਝੂਠੇ ਐਲੀਗੇਸ਼ਨਸ ਲਗਾਏ ਅਤੇ ਮੈਨੂੰ ਪੂਰਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜਨਾਲੇ ਦੇ ਵਿੱਚ। ਮੈਨੂੰ ਪਤਾ ਲੱਗਾ ਮਾਮਲੇ ਦਾ, ਇਹ ਆਉਂਦਾ ਹੈ ਕਿ ਮੈਂ ਇਹਦੀ ਜਨਾਨੀ ਲੁਕੋਈ ਹੋਈ ਹੈ, 5 ਮਹੀਨਿਆਂ ਤੋਂ ਮੇਰੀ ਜਨਾਨੀ ਗਾਇਬ ਹੈ, ਡਾਕਟਰ ਸਾਹਿਬ ਨੇ ਲੁਕੋਈ ਹੋਈ ਹੈ। ਮੈਨੂੰ ਭਾਅ ਜੀ ਪਤਾ ਲੱਗਾ ਹੈ, ਕੱਲ੍ਹ ਵੀਡੀਓ ਵੇਖੀ ਹੈ ਮੈਂ ਯੂਟਿਊਬ 'ਤੇ ਕਿ ਇਹਦੀ ਵਾਈਫ ਨੇ ਇਹਦੇ 'ਤੇ ਕੋਰਟ ਕੇਸ ਲਾਇਆ ਹੋਇਆ ਤਲਾਕ ਦਾ, ਔਰ ਇਹਨੇ ਉਹਦੀ ਤਰੀਕ ਵੀ ਭੁਗਤੀ ਹੈ। ਭਾਅ ਜੀ ਜਦੋਂ ਇਹਨੇ ਤਰੀਕ ਭੁਗਤੀ ਹੈ ਤਾਂ ਲੁਕਾਇਆ ਕਿੱਦਾਂ ਉਸ ਜਨਾਨੀ ਨੂੰ? ਉਸ ਤੋਂ ਬਾਅਦ ਇਹਦੇ ਆਪ ਕਹਿਣ ਦਿਆ ਹੈ ਕਿ ਇਹ ਜੀ ਗਲਤ ਕੰਮ ਕਰਦੇ ਨੇ ਮੈਡੀਕਲ ਸਟੋਰ ਦੇ ਵਿੱਚ, ਜਨਾਨੀਆਂ ਦੇ ਨਾਲ ਗਲਤ ਕੰਮ ਕਰਦੇ ਨੇ, ਰਾਮ ਰਹੀਮ ਬਣੇ ਫਿਰਦੇ ਨੇ। ਭਾਅ ਜੀ ਇਹਨੂੰ ਪੁੱਛਿਆ ਜਾਵੇ, ਤੂੰ ਇੱਕ ਪਾਸੇ ਕਹਿ ਰਿਹਾ ਹੈ ਕਿ ਮੇਰਾ ਸਾਰਾ ਪਰਿਵਾਰ, ਮੇਰੀ ਮਾਂ, ਭੈਣ, ਮੇਰੇ ਚਾਚੇ ਤਾਏ ਇਹਨਾਂ ਕੋਲ ਦਵਾਈਆਂ ਲੈਣ ਆਉਂਦੇ ਸੀ, ਜੇ ਭਾਅ ਜੀ ਇੰਨੇ ਹੀ ਗੰਦੇ ਬੰਦੇ ਸੀ ਅਸੀਂ ਤੇ ਆਪਣੀ ਮਾਂ ਭੈਣਾਂ ਨੂੰ ਰੋਕਦਾ ਕਿਉਂ ਨਹੀਂ ਸੀਗਾ? ਅੱਜ ਇਹ ਸਾਡੇ ਤੇ ਗਲਤ ਇਲਜ਼ਾਮ ਲਗਾ ਰਿਹਾ, ਆਪਣੀ ਵਹੁਟੀ ਦੇ ਨਾਲ ਸਾਡਾ ਨਾਂ ਜੋੜ ਗਿਆ, ਡਿਸਪਿਊਟ ਇਹਦੇ ਘਰ ਦਾ, ਤਲਾਕ ਦਾ ਕੇਸ ਚੱਲਣ ਡਿਆ, ਉਹ ਮੀਡੀਆ ਦੇ ਸਾਹਮਣੇ ਇਹਨੇ ਬੋਲਿਆ ਨਹੀਂ, ਝੂਠੀਆਂ ਗੱਲਾਂ ਅਫਵਾਹਾਂ ਫੈਲਾ ਕੇ ਮੈਨੂੰ ਬਦਨਾਮ ਕਰਦਾ ਪਿਆ, ਮੇਰੀ ਦੁਕਾਨਦਾਰੀ ਖਰਾਬ ਕਰਦਾ ਪਿਆ। ਬਿਲਕੁਲ ਜੀ, ਆਪਣਾ ਡਿਸਪਿਊਟ ਕਿਸੇ ਦੇ ਗੱਲ ਪਾਉਣਾ, ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਭਾਅ ਜੀ ਯੂਟਿਊਬ ਦੇ ਵਿੱਚ, ਉਹਦੀ ਜਨਾਨੀ ਦੀ ਵੀਡੀਓ ਵਾਇਰਲ ਹੋਈ ਹੈ। ਸੁਣੋ, ਉਹ ਦੱਸਣ ਰਹੀ ਹੈ ਕਿ ਨਸ਼ੇ ਕਰਦਾ, ਕੁੱਟਦਾ, ਮਾਰਦਾ, ਅਮਲ ਕਰਦਾ, ਜੂਆ ਖੇਡਦਾ, ਇਹਦੀ ਸਾਰੀ ਸੱਚਾਈ ਉਹ ਜਨਾਨੀ ਦੱਸਦੀ ਪਈ ਹੈ, ਫਿਰ ਝੂਠੇ ਐਲੀਗੇਸ਼ਨਸ ਲਗਾ ਕੇ ਦੂਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜੇ। ਭਾਜੀ ਇਹ ਤੇ ਕਿਡਨੈਪਿੰਗ ਦਾ ਕੇਸ ਪਾ ਗਿਆ, ਇਹਨੇ ਮਿਸਿੰਗ ਕੰਪਲੇਂਟ ਕਿਉਂ ਨਹੀਂ ਲਿਖਾਈ? ਇਹਨੇ 5 ਮਹੀਨੇ ਕਹਿ ਗਿਆ ਕਿ ਇਹ ਹੋ ਗਏ ਆ ਮੈਨੂੰ ਲੱਭਦੀ ਨੂੰ, ਮਿਸਿੰਗ ਕੰਪਲੇਂਟ ਕਿਉਂ ਨਹੀਂ ਹੈਗੀ ਪੁਲਿਸ ਕੋ? ਉੱਤੋਂ ਕੋਰਟ ਦੇ ਵਿੱਚ ਕੇਸ ਹੈ, ਉਹਦੀਆਂ ਤਰੀਕਾਂ ਭੁਗਤਣ ਡਿਆ। ਭਾਜੀ ਅਗਰ ਕੋਈ ਲੁਕਾਇਆ ਹੁੰਦਾ ਤੇ ਮੈਂ ਵੀ ਕਿਤੇ ਭੱਜਿਆ ਹੁੰਦਾ, ਮੈਂ ਵੀ ਆਪਣੀ ਦੁਕਾਨ ਦਾ ਵੀ ਕਰਦਾ ਪਿਆ, ਆਪਣੀ ਦੁਕਾਨ ਤੇ ਬੈਠਾ ਹੋਇਆ, ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੈ, ਸਾਰਾ ਅਜਨਾਲਾ ਜਾਣਦਾ। ਭਾਜੀ ਆਹ ਬਿਲਕੁਲ ਦੇਖੋ ਜੀ, ਆਹ ਮੇਰੇ ਰਿਸ਼ਤੇਦਾਰਾਂ ਦੇ ਕਿਹਾ ਜੇ ਉਹਨੂੰ ਜਾ ਕੇ ਡਰਾਇਆ ਧਮਕਾਇਆ, ਉਹਨੂੰ ਜਾ ਕੇ ਕਹਿੰਦਾ ਕਿ ਤੂੰ ਦੱਸ ਕਿ ਇੱਥੇ ਕੁੜੀ ਰਹਿੰਦੀ ਸੀ, ਜੇ ਤੂੰ ਨਹੀਂ ਦੱਸੇਗਾ ਤੇ ਫਿਰ ਮੈਂ ਆਪਣੇ ਆਪ ਨੂੰ ਕੁਛ ਕਰ ਲਾਂਗਾ, ਆਪਣੇ ਆਪ ਤੇ ਤੇਲ ਪਾ ਕੇ ਸੜ ਜਾਂਗਾ, ਜਾਂ ਤੈਨੂੰ ਜਾਨੋਂ ਮਾਰ ਦੂੰਗਾ। ਭਾਜੀ ਗੁੰਡੇ ਲੈ ਕੇ ਗਿਆ ਜੇ, ਕੋਈ ਪੁਲਿਸ ਵਾਲਾ ਨਾਲ ਨਹੀਂ ਜਾਏਗਾ।
ਭਾਜੀ ਮੇਰੀ ਇੱਕੋ ਹੀ ਮੰਗ ਹੈ, ਧਾਰੀਵਾਲ ਸਾਹਿਬ ਅੱਗੇ, SHO ਸਾਹਿਬ ਅੱਗੇ, DSP ਸਾਹਿਬ ਅੱਗੇ, ਇੰਨੀ ਹਰਾਸਮੈਂਟ ਇਹਨੇ ਮੇਰੀ ਕੀਤੀ ਹੈ, ਮੇਰੀ ਦੁਕਾਨਦਾਰੀ ਇੰਨੀ ਖਰਾਬ ਹੋਈ ਹੈ, ਇੱਥੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ, ਮੈਂ ਦੇਖੋ ਜੀ ਅੱਜ ਹੀ ਦਰਖਾਸਤ ਦਿੱਤੀ ਹੈ ਥਾਣੇ ਅਜਨਾਲੇ ਦੇ ਵਿੱਚ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਇਹਦੇ ਤੇ ਸਖ਼ਤ ਤੋਂ ਸਖ਼ਤ ਕਰਕੇ ਇਹਨੂੰ ਸਜ਼ਾ ਦਿੱਤੀ ਜਾਵੇ। ਭਾਜੀ ਦੇਖੋ ਕੋਈ ਨਾ ਕੋਈ ਮਸਲਾ ਇਹਨਾਂ ਦਾ ਮੀਆਂ ਬੀਬੀ ਦਾ ਸੀਗਾ, ਤੇ ਆਪਣੇ ਗੱਲੋਂ ਲਾਉਣ ਵਾਸਤੇ ਕੋਈ ਨਾ ਕੋਈ ਇਹਨੇ ਬੰਦਾ ਲੱਭਿਆ ਔਰ ਉਹਦੇ ਦੇ ਉੱਤੇ ਪਾ ਦਿੱਤਾ। ਅਗਰ ਇਹਦੇ ਨੂੰ ਕੋਈ ਇਹੋ ਜਿਹਾ ਕੋਈ ਡਿਸਪਿਊਟ ਸੀਗਾ, ਕੋਈ ਪਹਿਲਾਂ ਦਰਖਾਸਤ ਦਿੰਦਾ, ਕੋਈ ਥਾਣੇ 'ਚ ਕੋਈ ਕਰਦਾ, ਉਹ ਮੈਨੂੰ ਪੁੱਛਦੇ। ਇਹ ਕਹਿੰਦਾ ਪਿਆ ਕਿ ਜੇ ਤੁਹਾਡੇ ਫੋਨ ਨੇ ਮੇਰੇ ਕੋਲ, ਭਾਜੀ ਇਹਨੇ ਮੈਨੂੰ ਇਸੇ ਗੱਲ ਨੂੰ ਲੈ ਕੇ ਹਮਲਾ ਕੀਤਾ ਜੇ 3 ਤਰੀਕ ਨੂੰ ਰਾਤ ਨੂੰ, ਮੇਰੇ ਪਿਤਾ ਜੀ 'ਤੇ ਇੰਨੀਆਂ ਸੱਟਾਂ ਲੱਗੀਆਂ ਜੇ, ਅਤੇ ਉਹ ਇੰਨਾ ਉਹਨੇ ਮੇਰਾ ਫੋਨ ਖੋਇਆ ਜੇ, ਉਹ ਫੋਨ ਦਿਖਾ ਗਿਆ, ਖੋਹ ਦਾ ਪਰਚਾ ਤੱਕ ਅਜੇ ਨਹੀਂ ਹੋਇਆ ਇਹਦੇ 'ਤੇ, ਔਰ ਉਹ ਸ਼ਰੇਆਮ ਦੱਸਦਾ ਪਿਆ ਕਿ ਅੱਜ ਫੋਨ ਮੇਰਾ ਡਾਕਟਰ ਸਾਹਿਬ ਦਾ ਮੇਰੇ ਕੋਲ ਹੈਗਾ। ਭਾਜੀ ਸ਼ਰੇਆਮ ਗੁੰਡਾਗਰਦੀ ਕਰ ਗਿਆ ਜੇ ਬੰਦਾ, ਅਤੇ ਇਹਨੂੰ ਸਖ਼ਤ ਤੋਂ ਸਜ਼ਾ ਦੇਣੀ ਚਾਹੀਦੀ ਹੈ। ਕੀ ਹੈਗਾ ਜੀ ਮਾਮਲਾ? ਰਾਜੀਵ ਕੁਮਾਰ ਜਿਹੜਾ ਨਾ, ਉਹਨਾਂ ਦੀ ਦਰਖਾਸਤ ਆ ਜੀ ਸ਼ਿਵ ਸ਼ਕਤੀ ਮੈਡੀਕਲ ਸਟੋਰ ਨੇੜੇ ਬੱਸ ਸਟੈਂਡ ਜੀ ਨਾਲਾ ਜੀ, ਅਤੇ ਉੱਥੇ ਬੰਦੇ ਕੁਝ ਆਏ ਅਤੇ ਉਹਨਾਂ ਉੱਥੇ ਹੱਲਾ ਗੁੱਲਾ ਉਹਨਾਂ ਕੀਤਾ ਜੀ, ਹੱਲਾ ਗੁੱਲਾ ਕੀਤਾ ਅਤੇ ਬਦਨਾਮ ਆਪਣੇ ਹੋਰ ਧਮਕੀ ਧਮਕੀਆਂ ਦੇ ਰਹੇ ਆ ਰਿਸ਼ਤੇਦਾਰਾਂ ਨੂੰ ਬਦਨਾਮ ਕਰਨ ਵਾਸਤੇ, ਇਸ ਕਰਕੇ ਉਹ ਅਤੇ ਉਹਦੀ ਛਾਣਬੀਣ ਕਰ ਰਹੇ ਆ ਜੀ। ਜੋ ਵੀ ਕਾਰਵਾਈ ਜੋ ਵੀ ਸਾਹਮਣੇ ਆਏਗੀ ਤੱਥ ਆਉਣਗੇ ਉਹਦੇ ਮੁਤਾਬਕ ਕਾਰਵਾਈ ਜਿਹੜੇ ਜਿਹੜੇ ਬੰਦਿਆਂ ਦੇ ਆਊਗੀ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ ਜੀ। CCTV ਵਿਖਾਈ ਜਾ ਰਹੀ ਹੈ ਜਿਹਨਾਂ ਰਿਸ਼ਤੇਦਾਰਾਂ ਦੇ ਘਰ ਜਿਹੜੀ ਆ ਧਮਕੀ ਦਿੰਦੀ, ਉਦੋਂ ਸਰ ਉਹ ਚੈੱਕ ਕਰਕੇ ਜੋ ਵੀ ਕਾਰਵਾਈ ਆਈ ਆਊਟ 'ਚ ਲਿਆਂਦੀ ਜਾਊਗੀ ਜੀ।